ਆਪਦਾ ਫੈਸਲਾ ਹੈ ਕਿ ਇਸ ਵਾਸਤੇ ਕਿਸ ਤਰ੍ਹਾਂ ਭਾਈ ਪ੍ਰਤਾਪ ਸਿੰਘ ਜੀ ਹੋਣਾ ਨੇ ਭਾਈ ਗਾਬਰ ਸਿੰਘ ਜੀ ਹੋਣਾ ਨੇ ਮਹਾਂਪੁਰਖਾਂ ਦੇ ਆਦੇਸ਼ ਅਨੁਸਾਰ ਕਿੱਦਾਂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਡਾਇਰੈਕਟਰੀ ਵਿੱਚ ਜੋ ਨਾਮ ਛਪੇ ਸੀ ਸ਼ਹੀਦ ਪਰਿਵਾਰਾਂ ਦੇ ਸਿੰਘਾਂ ਦੇ ਮੈਨੂੰ ਪਤਾ ਹੈ ਕਿੱਦਾਂ ਸਿੰਘਾਂ ਨੂੰ ਸੱਦ ਸੱਦ ਕੇ ਬੁਲਾ ਬੁਲਾ ਕੇ ਨਾ ਪੁੱਛ ਪੁੱਛ ਕੇ ਹੱਥ ਜੋੜ ਜੋੜ ਕੇ ਉਹ ਸ਼ਹੀਦਾਂ ਪਰਿਵਾਰਾਂ ਦਾ ਘਰ ਦੱਸੋ ਆ ਭਾਈ ਪ੍ਰਤਾਪ ਸਿੰਘ ਜੀ ਬੈਠੇ ਨੇ ਇੰਨਾ ਮਨ ਪ੍ਰਭਾਵਿਤ ਹੋਇਆ ਇਸ ਗੱਲ ਤੇ ਉਹ ਅਜੇ ਤੱਕ ਸੈਂਟਰ ਗੌਰਮੈਂਟ ਨੇ ਫੌਜੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਚਲੋ ਕਾਰਗਿਲ ਦੇ ਕਿੰਨਾ ਮਾਣ ਅਦਬ ਸਤਿਕਾਰ ਕੀਤਾ ਉਹਨਾਂ ਦਾ ਸਰਕਾਰਾਂ ਨੇ ਉਹਨਾਂ ਦਾ ਕੀਤਾ ਜਿਨ੍ਹਾਂ ਨੇ ਸਾਡੀ ਪੱਤ ਰੱਖਣ ਵਾਸਤੇ ਜੂਨ 1984 ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਮਹਾਂਪੁਰਖਾਂ ਦੇ ਨਾਲ ਮੈਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਹ ਗੱਲ ਕਹਿਣਾ ਹੈ ਜਾਂ ਦਲ ਖਾਲਸਾ ਵਾਲਿਆਂ ਨੇ ਭਾਈ ਤਰਜੀਤ ਸਿੰਘ ਜੀ ਬਿੱਟੂ ਅਤੇ ਸਰਬਜੀਤ ਸਿੰਘ ਜੀ ਘੁਮਾਣ ਉਹਨਾਂ ਨੇ ਸ਼ਹੀਦਾਂ ਪਰਿਵਾਰਾਂ ਦਾ ਸਨਮਾਨ ਕੀਤਾ ਡਾਇਰੈਕਟਰੀਆਂ ਛਪਾਈਆਂ ਐਡਰੈਸ ਲਿਖੇ ਸਨਮਾਨ ਚਿੰਨ੍ਹ ਦਿੱਤੇ ਜਾਂ ਉਸ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਇਹ ਕਰ ਰਹੇ ਨੇ ਮੈਂ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਜਕਾਰਾ ਲਾਉਣ ਲੱਗਾ ਹੈ ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ ਬੋਲੇ ਅਰਦਾਸ ਵੀ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਜਿਨ੍ਹਾਂ ਨੇ ਸਾਨੂੰ ਗਲਾ ਨਾ ਲਾਇਆ ਨਾ ਸਾਡੀ ਬਾਤ ਪੁੱਛੀ ਹੈ ਇਹਨਾਂ ਹੀ ਬੁਲਾ ਕੇ ਇੰਨਾ ਮਾਣ ਅਦਬ ਸਤਿਕਾਰ ਕੀਤਾ ਹੈ ਇਹਨਾਂ ਦੇ ਪ੍ਰੋਗਰਾਮਾਂ 'ਚ ਸਦਾ ਹੀ ਚੜ੍ਹਦੀ ਕਲਾ ਕਰਿਓ ਕਿਰਪਾ ਕਰਿਓ ਫਿਰ ਇਤਨਾ ਅਦਬ ਇੰਨਾ ਸਤਿਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਾਸੇ ਬਿਠਾ ਕੇ ਹੱਥ ਧਵਾ ਕੇ ਜਲ ਪਾਣੀ ਛਕਾ ਰਹੇ ਨੇ ਕਹਿੰਦੇ ਨੇ ਸਟੇਜ 'ਤੇ ਸਜੋ ਤੇ ਫਿਰ ਵੀ ਕਹਿ ਰਹੇ ਨੇ ਸਾਡੇ ਤੋਂ ਗਲਤੀਆਂ ਹੋ ਜਾਣ ਤੇ ਮਾਫ਼ ਕਰਨਾ ਸ਼੍ਰੋਮਣੀ ਕਮੇਟੀ ਦੇ ਅੰਦਾਰਿਆਂ ਵਿੱਚ ਗੁੱਸਾ ਨਹੀਂ ਕਰਨਾ ਕਿਸੇ ਨੇ ਜੇ ਕਿਤੇ ਭੁੱਲ ਭੁਲੇਖੇ ਕਹਿ ਦਈਏ ਨਾ ਕਿ ਸਾਨੂੰ ਕਮਰਾ ਚਾਹੀਦਾ ਸਾਡੇ ਪਿਤਾ ਜੀ ਜਾਂ ਸਾਡੇ ਭਰਾ ਸ਼ਹੀਦ ਹੋਏ ਆ ਨਹੀਂ ਕੋਈ ਕਦਰ ਨਹੀਂ ਕੋਈ ਸਤਿਕਾਰ ਨਹੀਂ ਕੋਈ ਮਾਣ ਨਹੀਂ ਪਰ ਇਹ ਸਾਡੇ ਵਿੱਚ ਘਾਟਾ ਨੇ ਇੰਨਾ ਵਾਰੀ ਸਾਡੀ ਕਦਰ ਪੈ ਰਹੀ ਇੰਨੀ ਵਾਰੀ ਕਦਰ ਪੈ ਰਹੀ ਤੇ ਕਿੱਥੇ ਗੁਰਮੁਖ ਜਾਨ ਇੰਨਾ ਆਤਮ ਸਤਿਕਾਰ ਦੇ ਰਹੇ ਨੇ ਤੇ ਹੋਰ ਮੈਂ ਬੇਨਤੀ ਸਾਡੇ ਵੀਰਾਂ ਨੂੰ ਭਰਾਵਾਂ ਨੂੰ ਜਿਨ੍ਹਾਂ ਦੇ ਪਰਿਵਾਰਾਂ ਨੇ ਇਹ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਨਾ ਇਹ ਸਾਡੇ ਵਿੱਚ ਵੀ ਘੱਟ ਆਈਆਂ ਨੇ ਜਾਂ ਪੁੱਤ ਕਪੁੱਤ ਜਾਂ ਸਪੁੱਤ ਮਹਾਂਪੁਰਖ ਕਹਿੰਦੇ ਹੁੰਦੇ ਸੀ ਚਲੋ ਜੇ ਸਪੁੱਤ ਨਹੀਂ ਬਣਨੇ ਪੁੱਤ ਹੀ ਰਹੀਏ ਜੇ ਅਸੀਂ ਸ਼ਹੀਦਾਂ ਨੇ ਸਾਡੇ ਵੱਡਿਆਂ ਨੇ ਇੰਨਾ ਅਦਬ ਸਤਿਕਾਰ ਇੰਨੀ ਸ਼ਹੀਦੀ ਪ੍ਰਾਪਤ ਕੀਤੀ ਹੈ ਨਾ ਤੇ ਉਹਨਾਂ ਦੇ ਪੂਰਨਿਆਂ ਤੇ ਕੁਛ ਨਾ ਕੁਛ ਅਸੀਂ ਵੀ ਚੱਲੀਏ ਗਾ ਸਿੱਖੀ ਦਾ ਪ੍ਰਚਾਰ ਕਰੀਏ ਘਰ ਘਰ ਜਾ ਕੇ ਨਿਤਨੇਮ ਕਰੀਏ ਅੰਮ੍ਰਿਤ ਸੰਚਾਰ ਕਰੀਏ ਇਹ ਮਹਾਂਪੁਰਖਾਂ ਨੂੰ ਸੱਦੀਏ ਇਹਨਾਂ ਦਾ ਅਸੀਂ ਵੀ ਸਤਿਕਾਰ ਕਰੀਏ ਸੋ ਸਾਨੂੰ ਵੀ ਉਹਨਾਂ ਦੇ ਪੂਰਨਿਆਂ ਦੇ ਚੱਲਣਾ ਚਾਹੀਦਾ ਹੈ ਜੇ ਇੱਕ ਘਰ ਤੋਂ ਸਾਡੇ ਇੱਕ ਮੈਂਬਰ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਸਾਡਾ ਐਡਾ ਰੋਸ਼ਨ ਨਾਮ ਹੈ ਵੱਡ ਲੈਵਲ ਤੇ ਸਾਨੂੰ ਆਪਣੇ ਆਪ ਹੀ ਝਾਤੀਆਂ ਮਾਰਨੇ ਚਾਹੀਦੇ ਕਿ ਇਹੋ ਜਿਹੇ ਪਰਿਵਾਰ ਸਾਰੇ ਪਤਿਤ ਨੇ ਜਾਂ ਕੇਸਧਾਰੀਆਂ ਨੂੰ ਕਟਾਈਆਂ ਨੇ ਅੰਮ੍ਰਿਤ ਨਹੀਂ ਛਕੇ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿ ਇਸ ਪ੍ਰਪਾਤੀ ਨੂੰ ਸ਼ਹੀਦਾਂ ਦੀ ਪੱਗ ਨੂੰ ਦਾਗ ਨਾ ਲੱਗਣ ਦੇਈਏ ਇਸੇ ਤਰ੍ਹਾਂ ਪ੍ਰਚਾਰ ਕਰੀਏ ਆਪਾਂ ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਇਹ ਖਿਮਾ ਦਾ ਜਾਚਕ ਹੈ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਖਿਮਾ ਕਰਨਾ ਮਹਾਂਪੁਰਖਾਂ ਨੇ ਬਾਬਾ ਠਾਕਰ ਸਿੰਘ ਹੋਣਾ ਨੇ ਅੰਮ੍ਰਿਤ ਪਾਨ ਕੀਤਾ ਸੰਤ ਜਰਨੈਲ ਸੋਹਣਾ ਤੋਂ ਤੇ ਭਾਈ ਮੈਂ ਜਦੋਂ ਅੰਮ੍ਰਿਤ ਛਕਣ ਲੱਗਾ ਨਾ ਇਹ ਵਡਿਆਈ ਨਹੀਂ ਮੈਂ ਆਪ ਹੱਥ ਪਾ ਲਿਆ ਬਾਬਾ ਬੁੱਢਾ ਸਾਹਿਬ ਨੂੰ ਸਤਿਕਾਰ ਹੋਇਆ ਭਾਈ ਅਮਰੀਕ ਸਿੰਘ ਜੀ ਕਹਿਣ ਲੱਗੇ ਮਿੱਠਾ ਮੈਂ ਰੱਜ ਕੇ ਛਕਿਆ ਮਹਾਰਾਜ ਮੈਂ ਤਾਂ ਰੱਜ ਕੇ ਛਕਣਾ ਮੈਂ ਨਹੀਂ ਪਾਤਾ ਛੱਡਣਾ ਤੇ ਬਾਬਾ ਠਾਕਰ ਸਿੰਘ ਜੀ ਕਹਿਣ ਲੱਗੇ ਆਪ ਜਪਿਆ ਵਰੇ ਨਾਮ ਚ ਪਾਵੇ ਆਪ ਬਾਣੀ ਪੜ੍ਹਨੀ ਤੇ ਪੜ੍ਹਾਉਣੀ ਆ ਤੇ ਰਾਤ ਦਾ ਇੱਕ ਕਰਕੇ ਸੁਖਨੀ ਸਾਹਿਬ ਪਾਠ ਕਰਕੇ ਅੰਮ੍ਰਿਤ ਸੰਚਾਰ ਕਰਾਈਦੇ ਹੈ ਤੇ ਸਾਰੇ ਸ਼ਹੀਦਾਂ ਦੇ ਪਰਿਵਾਰ ਆਪਾਂ ਸਾਰੇ ਇਕੱਠੇ ਹੋਈਏ ਜਿਹੜੇ ਕਈ ਸਾਡੀਆਂ ਸ਼ਹੀਦੀਆਂ ਦਾ ਮੁੱਲ ਵੀ ਵਰਤਦੇ ਆ ਨਾ ਆਪਾਂ ਖੁਦ ਆਪ ਜਾਗਰਤਾ ਹੋਈਏ ਕੋਈ ਕਹਿੰਦਾ ਮੈਂ ਸ਼ਹੀਦਾਂ ਦੇ ਪਰਿਵਾਰਾਂ ਦਾ ਠੇਕੇਦਾਰ ਹਾਂ ਕੋਈ ਕਹਿੰਦਾ ਜੀ ਮੈਂ ਆਪਾਂ ਖੁਦ ਜਾਗਰਤ ਹੋਈਏ ਆਪਾਂ ਕੀ ਕਰਨਾ ਕੀ ਨਹੀਂ ਕਰਨਾ ਇਹਦੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਜਕ ਹਾਂ ਮੈਂ ਇਸ ਟਾਈਮ ਦੇ ਜਿੰਨੇ ਵੀ ਪਰਿਵਾਰ ਪਹੁੰਚੇ ਨੇ ਜਾਂ ਮਹਾਂਪੁਰਖਾਂ ਦਾ ਭਾਈ ਪ੍ਰਤਾਪ ਸਿੰਘ ਜੀ ਹੋਣਾ ਦਾ ਭਾਈ ਕਾਬਲ ਸਿੰਘ ਜੀ ਹੋਣਾ ਦਾ ਇਹ ਅਤੀ ਸਤਿਕਾਰਯੋਗ ਨੇ
ਮੈਂ ਬਹੁਤ ਬੜਾ ਇਹ ਉਹਨਾਂ ਦਾ ਸਤਿਕਾਰ ਕਰਦਾ ਹੈ ਜਿਨ੍ਹਾਂ ਨੇ ਇਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਹ ਮਾਣ ਸਨਮਾਨ ਇਹ ਹੌਸਲਾ ਅਫਜਾਈ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਣਤੀ ਵਿੱਚ ਕਾਫੀ ਸਿੰਘ ਮਹਾਂਪੁਰਖਾਂ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਵਿੱਚੋਂ ਪਰਿਵਾਰ ਹੈ। ਤੋ ਮੈਂ ਬੇਨਤੀ ਕਰਦਾ ਬੀਬੀ ਪੁਸ਼ਪਿੰਦਰ ਕੌਰ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਉਣੀ ਹੈ, 40 ਮਿੰਟ ਵਾਸਤੇ ਉਹ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਹੜੀ ਇਸ ਸੰਤ ਸਿਪਾਹੀ ਦੇ ਸੀਸੀ ਉੱਤੇ ਸਜੀ ਹੋਈ ਹੈ, ਜਿਵੇਂ ਦਸਤਾਰ ਵੱਖਰੀ, ਮਾਤਾ ਗੁਜਰੀ ਦੇ ਲਾਲ ਵੱਖਰੇ, ਲਾਲੋ ਲਾਲ ਸਿੱਖੀ ਗੁਲਜ਼ਾਰ ਵੱਖਰੀ। ਬਈ ਜਿਹਨਾਂ ਕੋਲ ਪੀਤੇ ਖੰਡੇ ਧਾਰ ਦੀਏ, ਉਹਨਾਂ ਫੁੱਲਾਂ ਤੇ ਆਈ ਬਹਾਰ ਵੱਖਰੀ। ਸਭੇ ਰਹਿਮਤਾ ਗੁਰੂ ਦਸ਼ਮੇਸ਼ ਦੀਆਂ, ਜਿਹਨਾਂ ਜ਼ਰਿਆਂ ਨੂੰ ਤਾਜਦਾਰ ਕੀਤਾ ਸੁੱਚੇ ਕੇਸ ਤੇ ਨੂਰੀ ਕਿਰਪਾਨ ਦੇ ਕੇ, ਪੂਰੀ ਦੁਨੀਆਂ ਦਾ ਸਾਨੂੰ ਸਰਦਾਰ ਕੀਤਾ। ਪੂਰੀ ਦੁਨੀਆਂ ਦੇ ਸਰਦਾਰੋ, ਉਹਨਾਂ ਸ਼ਹੀਦਾਂ ਦੇ ਵੰਸ਼ੋ, ਉਹਨਾਂ ਸ਼ਹੀਦਾਂ ਦੇ ਵਾਰਸੋ, ਉਹਨਾਂ ਸ਼ਹੀਦਾਂ ਦੇ ਪਰਿਵਾਰ ਵਾਲਿਓ, ਸਜੇ ਹੋਏ ਗੁਰਸਿੱਖ ਵੀਰੋ, ਪੰਥਕ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਆਓ ਜੀ ਬੈਠੋ ਸਜ ਕੇ, ਆਖਾਂ ਕੱਜ ਕੇ, ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਿਹ। ਇਤਿਹਾਸਕਾਰ ਲਿਖਦੇ ਨੇ ਬੇਗੁਨਾਹ ਮਸੂਮਾਂ ਦੀ ਰੱਤ ਪਾ ਪਾ ਵਰਗੇ ਜਿਨ੍ਹਾਂ ਇਤਿਹਾਸ ਦੇ ਰੰਗਲੇ ਨੇ, ਅੰਤ ਉਹਨਾਂ ਹੀ ਅਥਰੇ ਸਮੇਂ ਕੋਲੋਂ ਹੱਕ ਛਾਤੀਆਂ ਤਾਣ ਕੇ ਮੰਗ ਲਏ ਨੇ, ਦਾਵੇ ਮੰਨ ਲੈ ਸਮੇਂ ਦੇ ਝੱਖੜਾਂ ਨੇ। ਜਿਸ ਕੌਮ ਦੀਆਂ ਹਿੱਕਾਂ ਕੂਲੀਆਂ ਦੇ ਕਈਆਂ ਸਦੀਆਂ ਤੋਂ ਛਾਤੀ ਤੇ ਧਰੀ ਫਿਰਦੇ, ਜੋ ਨਿਸ਼ਾਨ ਫਾਂਸੀ ਤੇ ਸੋਲੀਆਂ ਦੇ ਕਈਆਂ ਸਦੀਆਂ ਤੋਂ ਛਾਤੀਆਂ ਤੇ ਧਰੀ ਫਿਰਦੇ, ਕਦੋਂ ਦੀਆਂ ਕਿਹੜੀਆਂ ਸਦੀਆਂ ਦੇ? ਉਹ ਸਦੀਆਂ ਤੋਂ ਜਦੋਂ ਹਜ਼ੂਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ, ਉਹ ਸਮੇਂ ਤੋਂ ਜਦੋਂ ਤੋਂ ਬਾਬੇ ਨਾਨਕ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ, ਉਹ ਸਮੇਂ ਤੋਂ ਜਦੋਂ ਧੰਨ ਧੰਨ ਗੁਰੂ ਅੰਗਦ ਦੇ ਮਹਾਰਾਜ ਹਮਾਯੂ ਵਰਗਿਆਂ ਨੂੰ ਲਲਕਾਰਦੇ ਰਹੇ, ਉਹ ਸਮੇਂ ਤੋਂ ਜੇ ਸਮੇਂ ਤੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖ ਕੇ ਚੌਥੇ ਹਜ਼ੂਰ ਆਪਣੇ ਸਿੱਖਾਂ ਨੂੰ ਹੱਕ ਸੱਚ ਦੀ ਖਾਤਰ ਲੜਨਾ ਸਿਖਾਉਂਦੇ ਰਹੇ, ਉਹ ਸਮੇਂ ਤੋਂ ਜਦੋਂ ਪੰਚਮ ਹਜ਼ੂਰ ਤੱਤੀਆਂ ਤਵੀਆਂ ਤੇ ਰੜੇ ਦੇਗਾਂ ਵਿੱਚ ਕੜੇ, ਔਰ ਉਹ ਸਮੇਂ ਤੋਂ ਜਦੋਂ ਛੇਵੇਂ ਹਜ਼ੂਰ ਨੇ ਦੱਸ ਦਿੱਤਾ ਸੱਚ ਦੀ ਰਾਖੀ ਕਰਨ ਦੀ ਖਾਤਰ ਹੱਥ ਵਿੱਚ ਹਥਿਆਰ ਪਕੜਨੇ ਜ਼ਰੂਰੀ ਨੇ, ਉਹ ਸਮੇਂ ਤੋਂ ਜਦੋਂ ਬਾਪੂ ਬਾਜਾਂ ਵਾਲੇ ਨੇ ਖੰਡੇ ਬਾਟੇ ਦੀ ਪੌਲ ਛਕਾ ਕੇ ਦੱਸਿਆ ਜੇ ਤਿਲਕ ਜੰਜੂ ਦੀ ਖਾਤਰ ਬਾਪੂ ਜਾਮੇ ਸ਼ਹਾਦਤ ਪੀਂਦਾ ਤੇ ਸ਼ਹਾਦਤ ਨੂੰ ਕੋਈ ਬੁਜ਼ਦਲੀ ਨਾ ਸਮਝ ਲਵੇ ਖਾਲਸਾ, ਤਿਆਰ ਬਾ ਤਿਆਰ ਹੋ ਕੇ ਗੁਰੂ ਦੇ ਖੰਡੇ ਬਾਟੇ ਦੀ ਪੌਲ ਛਕ ਕੇ ਸੱਚ ਤੇ ਪਹਿਰਾ ਦੇਣ ਦਾ ਆਪਣਾ ਫਰਜ਼ ਪੂਰਾ ਕਰ। ਉਸ ਸਮੇਂ ਤੋਂ ਛਾਤੀਆਂ ਤੇ ਫਾਂਸੀਆਂ ਦੇ ਤੇ ਸੂਲੀਆਂ ਦੇ ਨਿਸ਼ਾਨ ਧਰੀ ਫਿਰਦੇ। ਇਹ ਤਾਂ ਸਮਾਂ ਤੁਹਾਡੇ ਸਾਹਮਣੇ ਆਇਆ ਸਾਹਿਬਜ਼ਾਦਿਆਂ ਦੀਆਂ ਵਾਰਾਂ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਗੁਰੂ ਕੇ ਪਿਆਰੇ ਇਤਿਹਾਸ ਵਿੱਚ ਪੜ੍ਹਦੇ ਹੁੰਦੇ ਸਾਂ, ਹੁਣ ਆਪਣੀਆਂ ਅੱਖਾਂ ਦੇ ਸਾਹਮਣੇ ਪੜ੍ਹੀਆਂ ਆਪਨੇ ਇਬਾਰਤਾਂ। ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ, ਸ਼ਹੀਦ ਭਾਈ ਜਸਪਾਲ ਸਿੰਘ, ਸ਼ਹੀਦ ਭਾਈ ਦਿਲਾਵਰ ਸਿੰਘ, ਉਹ ਸਮੇਂ ਦੇ ਪਾਪੀ ਬੇਅੰਤੇ ਨੂੰ ਜੋ ਸ਼ਾਂਤੀ ਦਾ ਮਸੀਹਾ ਬਣ ਬੈਠਾ, 2 ਲੱਖ ਸਿੱਖਾਂ ਦਾ ਕਤਲ ਕਰਕੇ ਜੋ ਸ਼ਾਂਤੀ ਦਾ ਮਸੀਹਾ ਬਣ ਬੈਠਾ, ਉਸ ਪਾਪੀ ਨੂੰ ਸੋਧਣ ਵਾਲੇ, ਉਸ ਪਾਪੀ ਨੂੰ ਫੀਤਾ ਫੀਤਾ ਕਰਕੇ ਅਡਾਉਣ ਵਾਲੇ, ਉਹਨਾਂ ਸੂਰਬੀਰ ਯੋਧਿਆਂ ਦੀਆਂ ਵਾਰਤਾ ਤਾਂ ਆਪਣੀਆਂ ਅੱਖਾਂ ਦੇ ਨਾਲ ਟੱਕੀਆਂ। ਇਹ ਸੰਨ 84 ਦਾ ਘੱਲੂ ਘਰ ਆ, ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਚੱਲੀ ਸੀ, ਸਿਰਫ ਉਹ ਪਾਣੀ ਪੰਜਾਬ ਦਾ ਹਰਿਆਣਾ ਵਰਤੇ ਰਾਜਸਥਾਨ ਵਰਤੇ, ਸਾਡਾ ਪਾਣੀ ਸਾਨੂੰ ਨਹੀਂ ਮਿਲਦਾ, ਬਿਜਲੀ ਪੰਜਾਬ ਦੀ, ਬਾਕੀ ਰਾਜਾਂ ਨੂੰ ਸਸਤੀ ਮਿਲੇ, ਜਿਹੜੇ ਪੈਦਾ ਕਰਨ ਵਾਲੇ ਉਹਨਾਂ ਨੂੰ ਗੁਰੂ ਕੇ ਪਿਆਰੋ ਮਹਿੰਗੀ ਮਿਲੇ, ਸਾਡੀ ਜਿਣਸ ਸਾਨੂੰ ਮੁੱਲ ਮਿਲੇ ਨਾ, ਬਾਅਦ ਵਿੱਚ ਜਾ ਕੇ ਸਸਤੀ ਵਿਕੇ, ਸਾਡੀਆਂ ਚੀਜ਼ਾਂ ਸਾਨੂੰ ਨਾ ਮਿਲਣ। ਔਰ ਪਵਿੱਤਰ ਸ਼ਹਿਰ ਕਰਾਰ ਦੇਣ ਦਾ ਮਸਲਾ ਅੰਮ੍ਰਿਤਸਰ ਸਾਹਿਬ ਨੂੰ ਜੋ ਅਜੇ ਤੱਕ ਨਹੀਂ ਹੋ ਸਕਿਆ, ਅਜੇ ਤੱਕ ਨੇ ਕਿਤਨੇ ਸ਼ਰਾਬਾਂ ਦੇ ਠੇਕੇ, ਕਿਤਨੇ ਤੰਬਾਕੂ ਬੀੜੀਆਂ ਦੀਆਂ ਦੁਕਾਨਾਂ, ਗੁਰੂ ਕੇ ਪਿਆਰੇ ਅਜੇ ਤੱਕ ਉਹ ਮਸਲੇ ਹੱਲ ਨਹੀਂ ਹੋਏ। ਔਰ ਉਹ ਪਾਪਣ ਜੋ ਦਿੱਲੀ ਦੇ ਤਖ਼ਤ ਤੇ ਬੈਠੀ ਸੀ, ਉਸ ਨੇ ਸੋਚਿਆ ਇਹ ਤੋਪਾਂ ਗੋਲੀਆਂ ਦੇ ਨਾਲ ਸਿੱਖਾਂ ਨੂੰ ਸੱਚ ਦੇ ਮਾਰਗ ਤੋਂ ਹਟਾਇਆ ਜਾ ਸਕਦਾ, ਇਹ ਜਾਣਦੀ ਨਹੀਂ ਪਰ ਸਿੱਖ ਕੌਮ ਮਰਜੀ ਬੜੇ ਯੋਧਿਆਂ ਦੀ, ਇਹਦੇ ਤੌਰ ਕੁਝ ਵੱਖਰੇ ਢੰਗ ਦੇ ਨੇ, ਲੋਕੀ ਹੱਥ ਜੋੜ ਖੈਰ ਮੰਗਦੇ, ਜ਼ਿੰਦਗੀ ਦੀ ਜੂਝ ਮਰਨ ਦਾ ਦਾਂ ਦੇ ਮੰਗਦੇ ਨੇ, ਜੇ ਕੋਈ ਅਣਖ ਇਹਦੀ ਤੇ ਵਾਰ ਕਰਦਾ ਉਹਨੂੰ ਡੰਗ ਦੇ ਵਾਂਗ ਭੁਝੰਗਦੇ ਨੇ, ਬਈ ਵੈਰੀ ਤਾਂ ਹੀ ਦਿਖਾਉਂਦੇ ਦਿਨੇ ਤਾਰੇ ਜਦੋਂ ਜੂਝ ਦੇ ਵਿੱਚ ਜਾ ਜੰਗਦੇ ਨੇ, ਇਹ ਜਾਣਦੀ ਨਹੀਂ, ਇਹ ਜਾਣਦੀ ਤੋਪਾਂ ਤੇ ਗੋਲੀਆਂ ਦੇ ਨਾਲ ਸਿੱਖਾਂ ਨੂੰ ਡਰਾਇਆ ਜਾ ਸਕਦਾ, ਉਹ ਤੂੰ ਡਰਾ ਸਕਦੀਆਂ ਬਾਕੀ ਰਾਜਾਂ ਨੂੰ, ਕਿੱਥੋਂ ਡਰਾ ਲੈਂਗੀ, ਕਿੱਥੋਂ ਘੱਟ ਕਰ ਲੈਂਗੀ ਖਾਸਲੇ ਖਾਲਸੇ ਦੇ ਹੌਸਲੇ, ਜਿਹਨਾਂ ਨੇ ਆਪਣਿਆਂ ਪੁੱਤਾਂ ਦੀਆਂ ਆਂਦਰਾਂ ਦੇ ਗਲਾਂ 'ਚ ਹਾਰ ਪਵਾਏ, ਜਿਹਨਾਂ ਨੇ ਪੁੱਤਰਾਂ ਦਾ ਕਾਲਜਾ ਆਪਣੇ ਮੂੰਹ ਵਿੱਚ ਪਾਇਆ,
ਜਿਹੜੀ ਮਾਂ ਸਰਬਜੀਤ ਕੌਰ ਵਰਗੀ ਆਪਣੇ ਪੁੱਤ ਨੂੰ ਸ਼ਹੀਦ ਕਰਵਾ ਕੇ ਸਾਹਮਣੇ ਪੁੱਤ ਦਾ ਅੰਤਮ ਸੰਸਕਾਰ ਹੋ ਰਿਹਾ, ਮਾਂ ਜੈਕਾਰੇ ਲਾ ਰਹੀ, ਆਪਣੀਆਂ ਅੱਖਾਂ ਦੇ ਸਾਹਮਣੇ ਤੱਕਿਆ, ਬੀਬੀ ਕਮਲਦੀਪ ਕੌਰ ਜ਼ਿੰਦਾ, ਸ਼ਹੀਦ ਭਾਈ ਬਲਵੰਤ ਸਿੰਘ ਰਾਜੋ ਆਣਾ ਦੇ ਸਤਿਕਾਰਯੋਗ ਭੈਣ ਜੀ ਗੁਰੂ ਕੇ ਪਿਆਰੇ, ਉਹਨਾਂ ਨੂੰ ਜਿਹੜੀਆਂ ਏਦਾਂ ਦੇ ਵੀਰਾਂ ਦੀਆਂ ਹਲਾਸ਼ੇਰੀ ਬਣਦੀਆਂ, ਜਿਹੜੀਆਂ ਮਾਵਾਂ ਏਦਾਂ ਦੇ ਸੂਰਬੀਰ ਪੁੱਤਾਂ ਨੂੰ ਜਨਮ ਦਿੰਦੀਆਂ, ਬਈ ਉਹ ਪੁੱਤ ਕਦੇ ਟੈਂਕਾਂ ਦੇ ਨਾਲ, ਕਦੇ ਤੋਪਾਂ ਦੇ ਨਾਲ, ਕਦੇ ਗੋਲੀਆਂ ਦੇ ਨਾਲ, ਕਦੇ ਹਾਰਵੈਸਟਰ ਕੰਨਾਂ ਦੇ ਨਾਲ, ਕਦੇ ਬਰੂਦ ਦੇ ਨਾਲ ਡਰ ਸਕਦੇ ਨੇ? ਨਹੀਂ ਡਰ ਸਕਦੇ, ਕਿਉਂਕਿ ਤੇਲ ਬਾਲ ਕੇ ਰੋਸ਼ਨੀ ਕਰਨ ਲੋਕੀ ਚਰਬੀ ਨਾਲ ਬਲਦੇ ਸ਼ਮਾਦਾਨ ਸਾਡੇ, ਭਾਈ ਜੋੜ ਜੋੜ ਤੋਂ ਜਿਸਮ ਕਟਵਾ ਕੇ ਵੀ ਰਗੇ ਦਿਲਾਂ ਦੇ ਅੰਦਰ ਅਰਮਾਨ ਸਾਡੇ, ਬੇਸ਼ੱਕ ਝੁਲਦੇ ਰਹੇ ਤੂਫਾਨ ਲੱਖਾਂ ਫੇਰ ਵੀ ਬੁੱਕਦੇ ਰਹੇ ਜਵਾਨ ਸਾਡੇ, ਬਈ ਮੀਂਹ ਵਰਦਾ ਰਿਹਾ ਜੇ ਗੋਲੀਆਂ ਦਾ ਫੇਰ ਵੀ ਝੂਲਦੇ ਰਹੇ ਨਿਸ਼ਾਨ ਸਾਡੇ, ਬਈ ਝੂਟੇ ਲਏ ਨੇ ਕਿਸ ਤਰ੍ਹਾਂ ਚਰਖੜੀਆਂ ਤੇ ਲੈਂਦੀ ਰਹੀ ਆ ਕਿਸ ਤਰ੍ਹਾਂ ਖੱਲ ਸਾਡੀ, ਲੋਕੀ ਮੂੰਹ ਵਿੱਚ ਉਂਗਲਾਂ ਪਾ ਲੈਂਦੇ ਛਿੜਦੀ ਮਹਿਫਲਾਂ ਦੇ ਵਿੱਚ, ਜਦੋਂ ਗੱਲ ਸਾਡੀ ਉਹ ਗੱਲ ਸੰਨ 84 ਦੀ, 28 ਸਾਲ ਹੋ ਗਏ ਉਹ ਸੰਤਾਪ ਸਾਡੀਆਂ ਅੱਖਾਂ ਦੇ ਸਾਹਮਣੇ, ਉਸ ਤੋਂ ਬਾਅਦ 2 ਲੱਖ ਸਿੱਖਾਂ ਦਾ ਕਹਾਣ, ਉਸ ਤੋਂ ਬਾਅਦ ਤਾਂ ਕਹਿੰਦੇ ਜਦੋਂ ਸ਼ਾਂਤੀ ਹੋ ਗਈ ਉਹ ਆਪਣੇ ਰਾਜ ਵੇਲੇ, ਪੰਥਕ ਸਰਕਾਰ ਦੇ ਰਾਜ ਵੇਲੇ ਕਿਤਨੇ ਸਿੰਘ ਸ਼ਹੀਦ ਹੋ ਗਏ, ਵੀਰ ਕਮਲਜੀਤ ਸਿੰਘ ਸ਼ਹੀਦ ਹੋਇਆ, ਭਾਈ ਬਲਕਾਰ ਸਿੰਘ ਹੋਇਆ, ਦਰਸ਼ਨ ਸਿੰਘ ਲੋਹਾਰਾ ਹੋਇਆ, ਭਾਈ ਜਸਪਾਲ ਸਿੰਘ ਹੋਇਆ, ਭਾਈ ਸੁਮੇਧ ਸੈਣੀ ਨੇ ਤਾਂ ਕਿਸੇ ਸਿੱਖ ਦਾ ਖੂਨ ਪੀਣਾ ਸੀ, ਉਸ ਨੇ ਬਲਵੰਤ ਸਿੰਘ ਰਾਜੋਆਣੇ ਦਾ ਨਾਂ ਪੀਤਾ, ਭਾਈ ਜਸਪਾਲ ਸਿੰਘ ਦਾ ਪੀ ਲਿਆ, ਉਸ ਪਾਪੀ ਨੇ ਤਾਂ ਖੂਨ ਹੀ ਪੀਣਾ ਸੀ, ਜਿੱਦਣ ਉਸ ਨੂੰ ਪੁਲਿਸ ਮੁਖੀ ਦਾ ਅਹੁਦਾ ਦਿੱਤਾ ਗਿਆ, ਸਮਝ ਗਈਆਂ ਸਨ ਪੰਥਕ ਧਿਰਾਂ ਕਿ ਇਹ ਸਰਕਾਰ ਸਿੱਖਾਂ ਦੇ ਖੂਨ ਦੀ ਪਿਆਸੀ ਹੈ, ਲੇਕਿਨ ਉਹ ਦਿੱਲੀ ਦੇ ਤਖ਼ਤ ਤੇ ਬੈਠਣ ਵਾਲੀ ਸਰਕਾਰ ਉਹ ਵੀ ਸਿੱਖਾਂ ਦੇ ਖੂਨ ਦੀ ਪਿਆਸੀ, ਸਰਕਾਰਾਂ ਨੇ ਤਾਂ ਸਾਡਾ ਸਾਥ ਕਦੇ ਦੇਣਾ ਹੀ ਨਹੀਂ ਨਹੀਂ ਦੇਣਾ, ਉਸ ਨੇ ਸੋਚਿਆ ਸੀ ਟੈਂਕਾਂ ਤੋਪਾਂ ਦੇ ਨਾਲ ਇਹਨਾਂ ਦੇ ਹੌਸਲੇ ਟੁੱਟ ਜਾਣਗੇ, ਲੇਕਿਨ ਜਿਸ ਵੇਲੇ ਇਹਨਾਂ ਪਾਪੀਆਂ ਨੇ ਬਈ ਗੁਰੂ ਰਾਮਦਾਸ ਰਾਹ ਲੋਕ ਕੀਤਾ ਪ੍ਰਵੇਸ਼, ਪਾਣੀ ਦੀ ਟੈਂਕੀ ਬੰਬਾਂ ਨਾਲ ਉਡਾ ਦਿੱਤੀ, ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ, ਲੇਕਿਨ ਸਿੱਖਾਂ ਦੇ ਹੌਸਲਿਆਂ ਨੂੰ, ਸਿੱਖਾਂ ਦਾ ਹੌਟਲਾਈਨ ਤੇ ਸੰਪਰਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਆਪਣੇ ਪਾਵਰ ਹਾਊਸ ਨਾਲ, ਉਹ ਸੰਪਰਕ ਨੂੰ ਕਿਵੇਂ ਕੋਈ ਤੋੜ ਸਕਦਾ? ਆਹ ਜਦੋਂ ਫੌਜਾਂ ਆਈਆਂ ਉਹਨਾਂ ਦੀ ਤੁਰਸ਼ ਦਸ਼ਾ ਔਰ ਕਿਵੇਂ ਬਹਾਦਰੀ ਦੇ ਨਾਲ ਉਹਨਾਂ ਦਾ ਟਾਕਰਾ ਖਾਲਸਾਈ ਫੌਜਾਂ ਨੇ ਕੀਤਾ, ਦਸ ਪੁਸ਼ਪੰਦਰ ਕੌਰ ਖਾਲਸਾ ਦਾ ਇੰਟਰਨੈਸ਼ਨਲ ਗੋਲਡ ਮੈਡਲ ਸਟੱਡੀ ਜਥਾ ਆਪ ਦੀ ਸੇਵਾ ਦੇ ਵਿੱਚ ਜਾ
ਤੇਰੀਆਂ ਚੱਟਾਂ ਵਰਗੀਆਂ ਛਾਤੀਆਂ ਦਾ ਜ਼ੋਰ ਪਰਖਣ ਵਾਸਤੇ ਇਹ ਦਿੱਲੀ ਦੀ ਸਰਕਾਰ ਨੇ ਇਤਨੇ ਟੰਕ, ਇਤਨੀਆਂ ਤੋਪਾਂ, ਇਤਨਾ ਹੌਸਲਾ, ਇਤਨੇ ਯੂਨਿਟ ਫੌਜ ਲਾਈ ਤੇਰਾ ਹੌਸਲਾ ਪਰਖਣ ਵਾਸਤੇ? ਇਹ ਤਾਂ ਸਮੇਂ ਸਮੇਂ ਤੇ ਪਾਪੀ ਸਰਕਾਰਾਂ ਹਮੇਸ਼ਾ ਪਰਖਦੀਆਂ ਰਹੀਆਂ। ਦਸ ਨੂੰ ਖਾਸ ਤੌਰ ਤੇ ਕਿਹਾ ਜਾਂਦਾ ਹਰ ਸਟੇਜ ਤੇ ਕਿ ਕਿਸੇ ਸਰਕਾਰ ਦੇ ਖਿਲਾਫ਼ ਨਾ ਬੋਲਿਓ, ਕਿਸੇ ਸਰਕਾਰ ਦੇ ਦਸ ਸੋਚਦਾ ਸਰਕਾਰ ਦੇ ਖਿਲਾਫ਼ ਕੀ ਬੋਲਣਾ ਬਈ? ਸਰਕਾਰਾਂ ਵਿਚਾਰੀਆਂ ਦੇ ਬਸ ਦੀ ਗੱਲ ਤਾਂ ਹੈ ਹੀ ਨਹੀਂ, ਸਰਕਾਰਾਂ ਦੇ ਖਿਲਾਫ਼ ਕੀ ਬੋਲੀਏ? ਬਈ ਦਿੱਲੀ ਦੀ ਸਰਕਾਰ ਬੈਠੀ, ਉਸਨੇ 84 ਦੇ ਵਿੱਚ ਤੀਜਾ ਘੱਲੂ ਘਾਰਾ ਵਰਤਾ ਦਿੱਤਾ, ਇੱਥੇ ਆਈ ਪੰਥਕ ਸਰਕਾਰ ਜਿਹੜੇ ਤਾਂ ਗੁਰੂ ਕੇ ਪਿਆਰੇ ਖਾਲਸੇ ਦੀ ਸੋਚ ਤੇ ਪਹਿਰਾ ਦਿੰਦੇ, ਸ਼ਾਂਤਮਈ ਕੇਸਰੀ ਨਿਸ਼ਾਨਾ ਦੀ ਵਹੀਰ ਅੱਗੇ ਆਪਣਾ ਰਾਜ ਭਾਗ ਜਦੋਂ ਰੁੜਦਾ ਨਜ਼ਰ ਆਇਆ ਤੇ ਜਿਹੜੇ ਫਿਰਕਾ ਪ੍ਰਸਤ ਸਾਡੀ ਸਰਕਾਰ ਦੀ ਝੋਲੀ ਵਿੱਚ ਪਲਣ ਵਾਲੇ, ਫਿਕਰ ਪੈ ਗਿਆ ਉਹਨਾਂ ਨੂੰ, ਇਹ ਬੁੱਕਲ ਦੇ ਪਾਲੇ ਸੱਪ ਡੰਗ ਮਾਰਨ ਲੱਗ ਪਏ, ਡੰਗ ਮਾਰਨ। ਮੈਨੂੰ ਕਹਿੰਦੇ ਸਰਕਾਰਾਂ ਦੇ ਖਿਲਾਫ ਕਿਉਂ ਬੋਲਦੇ ਹੋ? ਬਈ ਕੀ ਇਹਨਾਂ ਵਿਚਾਰਿਆਂ ਦੇ ਖਿਲਾਫ ਕੀ ਬੋਲੀਏ? ਬਈ ਜਿਹਨਾਂ ਦੀ ਪੱਗ ਕਿਸੇ ਕੋ ਕੇਂਦਰ ਤੋਂ ਗਹਿਣੇ ਪਈ ਹੈ, ਕਿਸੇ ਦੀ ਪੱਗ ਨਿਕਰਧਾਰੀਆਂ ਤੋਂ ਗਹਿਣੇ ਪਈ ਹੈ, ਸਰਕਾਰਾਂ ਵਿਚਾਰੀਆਂ ਕੀ ਕਰਨ ਜਿਹਦੀ ਆਪਣੀ ਅਣਖ, ਆਪਣੀ ਇੱਜ਼ਤ, ਆਪਣੀ ਦਸਤਾਰ, ਆਪਣੀ ਸ਼ਾਨ ਕਿਸੇ ਕੋ ਗਹਿਣੇ ਪਈ ਹੋਵੇ? ਉਹ ਵਿਚਾਰਾ ਕੀ ਸਟੈਪ ਚੁੱਕੂ, ਕੀ ਐਕਸ਼ਨ ਲਵੂ ਉਹਨਾਂ ਦੇ ਖਿਲਾਫ਼? ਉਹ ਤਾਂ ਤੁਹਾਡੇ ਖਿਲਾਫ਼ ਹੀ ਐਕਸ਼ਨ ਲੈ ਸਕਦਾ। ਤਾਂ ਹੀ ਤਾਂ ਭਾਈ ਜਸਪਾਲ ਸਿੰਘ ਤੇ ਗੋਲੀ ਚੱਲ ਗਈ, ਭਾਈ ਰਣਜੀਤ ਸਿੰਘ ਤੇ ਚੱਲ ਗਈ, ਉਸ ਵੇਲੇ ਕਮਲਜੀਤ ਸਿੰਘ ਤੇ ਚੱਲ ਗਈ, ਬਲਕਾਰ ਸਿੰਘ ਤੇ, ਦਰਸ਼ਨ ਸਿੰਘ ਲੋਹਾਰਾ, ਬਾਕੀ ਤਾਂ ਸ਼ਹੀਦ ਇੱਕ ਬਲਕਾਰ ਸਿੰਘ ਤੋਂ ਛੁੱਟ, ਬਾਕੀ ਸਾਰੇ ਹੀ ਪੰਜਾਬ ਦੇ। ਇਹ ਪੰਥਕ ਸਰਕਾਰ ਵੇਲੇ ਹੋਇਆ ਸਭ ਕੁਝ, ਉਸ ਵੇਲੇ ਹੋਇਆ ਸਭ ਕੁਝ। ਅਸੀਂ ਆਖਦੇ ਹੋ ਦਿੱਲੀ ਦੀ ਸਰਕਾਰ, ਉਹ ਸਰਕਾਰਾਂ ਜਿਹੜੀਆਂ ਮਰਜ਼ੀ ਹੋਣ, ਖਾਲਸਾ ਸਰਕਾਰਾਂ ਬੜੀਆਂ ਆਈਆਂ, ਅੰਗਰੇਜ਼ ਸਰਕਾਰ ਆਈ, ਉਹ ਮੁਗਲ ਸਰਕਾਰ ਆਈ, ਹਰ ਸਰਕਾਰ ਤੇਰੇ ਖਿਲਾਫ ਆਈ, ਕਿਉਂਕਿ ਤੂੰ ਸੱਚ ਤੇ ਪਹਿਰਾ ਦਿੰਦਾ। ਸਰਕਾਰ ਕਦੇ ਝੂਠ ਬਿਨਾਂ ਚੱਲ ਨਹੀਂ ਸਕਦੀ। ਭਾਈ ਦਿੱਲੀ ਦੀ ਸਰਕਾਰ ਨੇ ਇਤਨੀ ਯੂਨਿਟ ਫੌਜ ਲਾ ਕੇ ਤੇਰੇ ਹੌਸਲਿਆਂ ਨੂੰ ਡੇਗਣ ਦਾ ਯਤਨ ਕੀਤਾ, ਇਹ ਭੁੱਲ ਗਈ ਇਹ ਤਾਂ ਸਿੱਖ ਉਹ ਹੀ ਨੇ ਬੱਚੇ ਨੇ 86% ਕੁਰਬਾਨੀਆਂ ਦੇ ਕੇ ਇਸ ਭਾਰਤ ਵਰਸ਼ ਨੂੰ ਆਜ਼ਾਦ ਕਰਾਇਆ, ਇਹ ਸਿੱਖ ਉਹੀ ਨੇ 86% ਕੁਰਬਾਨੀਆਂ ਦੇਣ ਵਾਲੇ। ਬਈ ਜਦੋਂ ਕੁਰਬਾਨੀ, ਜਦੋਂ ਹਿੰਦੁਸਤਾਨ ਦੀ ਆਜ਼ਾਦੀ ਲੈਣੀ ਸੀ, ਉਦੋਂ ਕਹਿੰਦੇ ਮਦਨ ਮੋਹਨ ਮਾਲਵੀਆ ਵਰਗੇ, ਸਰਦਾਰ ਪਟੇਲ ਵਰਗੇ ਕਹਿੰਦੇ ਹਿੰਦੂ ਪਰਿਵਾਰ ਨੂੰ ਵੀ ਚਾਹੀਦਾ ਆਪਣੇ ਘਰ ਵਿੱਚ ਘੱਟੋ ਘੱਟ ਇੱਕ ਪੁੱਤ ਨੂੰ ਅੰਮ੍ਰਿਤ ਛਕਾ ਕੇ ਗੁਰੂ ਦਾ ਖਾਲਸਾ ਬਣਾਉਣ, ਤਾਂ ਜੋ ਆਜ਼ਾਦੀ ਦੀ ਜੰਗ ਜਿੱਤੀ ਜਾਵੇ। ਜਦੋਂ ਜੰਗ ਜਿੱਤਣੀ ਸੀ ਉਦੋਂ ਕਹਿੰਦੇ ਖਾਲਸਾ ਜੰਗਜੂ ਕੌਮ ਹੈ, ਉੱਤਰੀ ਭਾਰਤ ਵਿੱਚ ਅਜਿਹਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਆਜ਼ਾਦੀ ਦਾ ਨਿੱਘ ਮਾਣ ਸਕਣ। ਜਦੋਂ ਦੇਸ਼ ਆਜ਼ਾਦ ਹੋ ਗਿਆ ਫੇਰ ਕਹਿੰਦੇ ਇਹ ਇੱਕ ਜ਼ਰਾਇਮ ਪੇਸ਼ਾ ਕੌਮ ਹੈ, ਇਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਵੇ, ਮਤਲਬ ਨਿਕਲ ਗਿਆ ਨਾ, ਆਜ਼ਾਦੀ ਮਿਲ ਗਈ ਜਿਹੜੀ ਲੈਣੀ ਸੀ। ਹੁਣ ਤਾਂ ਤੁਸੀਂ ਆਪਣੇ ਘਰਾਂ ਚ ਅੰਮ੍ਰਿਤਧਾਰੀ ਕਿਉਂ, ਹਿੰਦੂ ਪਰਿਵਾਰਾਂ ਵਿੱਚ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਵੀ ਆਪਣੇ ਪਰਿਵਾਰਾਂ ਵਿੱਚ ਲੈ ਕੇ ਜਾਓ, ਤਾਂ ਜੋ ਆਜ਼ਾਦੀ ਦੀ ਜੰਗ ਜਿੱਤੀ ਗਈ, ਹੁਣ ਖਾਲਸੇ ਦੀ ਲੋੜ ਨਹੀਂ। ਇਹੀ ਪਾਪਣ ਬੈਠੀ ਸੋਚਦੀ ਸੀ, ਇਹ ਮੱਸੇ ਰੰਗੜ ਦੀ ਪੋਤੀ ਇਹ ਸੋਚਦੀ ਸੀ ਖਾਲਸੇ ਦੇ ਹੌਸਲੇ ਸਿੱਟੇ ਜਾ ਸਕਦੇ ਆ, ਇਹ ਭੁੱਲ ਗਏ ਸਾਡੀ ਦਿੱਤੀ ਕੁਰਬਾਨੀ ਨੂੰ। ਉਹ ਕੌਮੇ ਮੇਰੀ ਇਸ ਸਮੇਂ ਨੇ ਢੋਲ ਮਾਰੇ, ਉਹ ਕੌਮੇ ਇਹਨਾਂ ਵਿੱਚ ਤੇਰੀ ਆਵਾਜ਼ ਕੋਈ ਨੀ ਜਿਹੜੀ ਮੋਤਿਆਂ ਤਾਈਂ ਨਚਾ ਸਕੇ, ਕਿਸੇ ਕੋਲ ਤੇਰੇ ਵਰਗਾ ਸਾਜ਼ ਕੋਈ ਨੀ, ਪਰ ਸੱਖਣ ਲੱਖ ਚੁੱਲੇ ਇਨਕਲਾਬ ਆਵੇ, ਅਰਸ਼ ਫਰਸ਼ ਦੀ ਮਿੱਟੀ ਉਡਾਉਣ ਵਾਲਾ ਤੇਰੇ ਸੋਹਣੇ ਸ਼ਹੀਦਾਂ ਦੇ ਖੂਨ ਉੱਤੇ ਕੋਈ ਨੀ ਜੰਮਿਆ, ਧੂੜ ਵੀ ਪਾਉਣਾ ਤੇਰੇ ਪਾਵਨ ਸ਼ਹੀਦਾਂ ਦੇ, ਤੇਰੇ ਸੋਹਣੇ ਸ਼ਹੀਦਾਂ ਦੇ ਖੂਨ ਉੱਤੇ ਕੋਈ ਉਹਨਾਂ ਦੇ ਖੂਨ ਤੇ ਮਿੱਟੀ ਨਹੀਂ ਪਾ ਸਕਦਾ। ਇਹ ਪਾਪਣ ਔਰਤ ਲੈ ਕੇ ਫੌਜਾਂ ਜਿਸ ਵੇਲੇ ਇਹਦੀਆਂ ਚੜੀਆਂ, ਕਮਾਂਡਰ ਹੈਰਾਨ ਹੋ ਗਿਆ, ਬਈ ਨਾਲੋ ਨਾਲ ਪਲਟਣਾ ਜ਼ਮੀਨ ਤੇ ਡਿੱਗਦੀਆਂ ਨਜ਼ਰ ਆ ਰਹੀਆਂ, ਨਾਲੋ ਨਾਲ ਦੇਖਿਆ ਹਰੀਆਂ ਵਰਦੀਆਂ ਖੂਨ ਨਾਲ ਲੱਥ ਪੱਤ ਹੋ ਕੇ ਬਈ ਡਿੱਗ ਰਹੀਆਂ ਜ਼ਮੀਨਾਂ ਤੇ। ਇਸ ਨੂੰ ਪਤਾ ਨਹੀਂ ਮੋਰੇ ਖਾਲਸਾ ਕੌਮ ਦੇ ਨਾਲ ਵਾਹ ਪਿਆ, ਖਾਲਸਾ ਕੌਮ ਦੇ ਨਾਲ ਬਈ ਜਿਸ ਵੇਲੇ ਉਡੀਕ ਰਹੇ, ਉਡਾਏ ਗਏ, ਉਤਾਰੇ ਗਏ ਕਮਾਂਡਰ ਜਿਹਨਾਂ ਤੇ ਬੜਾ ਮਾਣ ਸੀ, ਆਏ ਇੱਥੇ ਕਮਾਉ ਰੈਜੀਮੈਂਟ ਆਈ ਇੱਥੇ ਗੁਰੂ ਕੇ ਪਿਆਰਿਓ, ਰੈਜੀਮੈਂਟਾਂ ਸਾਰੀਆਂ ਭੇਜੀਆਂ ਜਿਹੜੀਆਂ ਕਦੇ ਖਾਲਸੇ ਤੋਂ ਇੱਕ ਇੱਕ ਥੱਪੜ ਖਾ ਕੇ ਕਈ ਸਦੀਆਂ ਸੁੱਤੀਆਂ ਰਹੀਆਂ, ਉਹ ਪਲਟਣਾ ਭੇਜੀਆਂ ਇੱਥੇ। ਲੇਕਿਨ ਜੇ ਸਮੇਂ ਦੀ ਉਡੀਕ ਕਰ ਰਹੀ ਉਹ ਦਿੱਲੀ ਵਿੱਚ ਬੈਠੀ ਦੁਸ਼ਟ ਔਰਤ, ਉਹ ਖੁਸ਼ਖਬਰੀ ਮਿਲੇ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ। ਇਸ ਪਾਪਣ ਨੂੰ ਖਬਰ ਦੀ ਉਡੀਕ 3 ਤਰੀਕ ਤੋਂ ਲੈ ਕੇ 4 ਦਿਨ ਜੰਗ ਕਰਦੇ ਆ ਗਿਆ, ਨਾ ਹੰਸੇ ਖਾਲਸੇ ਦੇ ਹੌਸਲੇ ਡਿੱਗੇ, ਉਹ ਦੇਸੀ ਹਥਿਆਰਾਂ ਦਾ ਨਾਲ ਨਵੀਨਤਮ ਹਥਿਆਰਾਂ ਦਾ ਮੁਕਾਬਲਾ ਕਰਦੇ ਰਹੇ, ਹੌਸਲੇ ਨਾ ਟਿੱਠੇ। ਆਖਰ 6 ਤਰੀਕ ਨੂੰ ਉਹ ਕੌਮ ਦਾ ਮਰਦੇ ਮੁਜਾਹਦ, 20ਵੀਂ ਸਦੀ ਦਾ ਸਿੱਖ, ਕੌਮ ਦਾ ਜਰਨੈਲ
ਕਹਿਣੀ ਕਰਨੀ ਦਾ ਪੂਰਾ ਬਚਨਾ ਦਾ ਸੂਰਾ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਹ ਖਾਲਸਾਈ ਫੌਜ ਦਾ ਕਮਾਂਡਰ ਉਹ ਖਾਲਿਸਤਾਨੀ ਫੌਜ ਦਾ ਕਮਾਂਡਰ ਨਿਕਲਿਆ ਵਾ ਬਈ ਜਿਸ ਵੇਲੇ ਤਕੜੇ ਤਕੜੇ ਜਰਨੈਲ ਦਿਓਲ ਬਰਾੜ ਸੁੰਦਰ ਜੀ ਬਈ ਇਹ ਇਸ ਦੇ ਸਾਹਮਣੇ ਹੌਸਲੇ ਡਿੱਗਦੇ ਨਜ਼ਰ ਆਏ ਲੇਕਿਨ ਉਹਨਾਂ ਨੇ ਬਾਹਰ ਨਿਕਲ ਕੇ ਲਲਕਾਰਿਆ ਬਈ ਉਸ ਵੇਲੇ ਮਾਨੋ ਲਗਾ ਹੋਵੇ ਬਾਪੂ ਬਾਜਾਂ ਵਾਲਾ ਆਪਣੇ ਖਾਲਸੇ ਨੂੰ ਦੇ ਰਿਹਾ ਹੱਲਾ ਸ਼ੇਰੀ ਬਈ ਲੱਕੀ ਚੋਟ ਮੇਰੇ ਪੱਠੂ ਪਾਉਂਦੇ ਰਣ ਪੱਤੇ ਅੰਦਰ ਜੰਡ ਕਰੇ ਸੁਣਨੇ ਕਲ ਕੀਤਾ ਤੇ ਸਰਦਾਰ ਕਦੇ ਪਹਿ ਦੇਣਾ ਨੀ ਤਾਂ ਸਾਡੀ ਨਾ ਪਾਮਣਾ ਫਿਰ ਤਾਂ ਚੰਗੇ ਲਈ ਅਸੀਂ ਮੈਂ ਫੁੱਲਾਂ ਲਈ ਬੁਰੇ ਰਿਹਾ ਤਲਵਾਰ ਕਦੇ ਅਟਕ ਰਹੇ ਕਹਿੰਦੇ ਅਟਕੇ ਨਾ ਅਟਕੇ ਨਹੀਂ ਅਟਕੇ ਅਸੀਂ ਹੁੰਦੇ ਰਹੇ ਹਾਂ ਖਾਲਸਾ ਗੁਰੂ ਕਾ ਫਤਿਹ ਕਰੋ ਦੀ ਹਰ ਮੈਦਾਨੇ ਜੰਗ ਅੰਦਰ ਤੇਰਾ ਹੱਥ ਹੋਵੇ ਜਾਂ ਸਿਰ ਤੇ ਨਾ ਆਵੇ ਸਾਨੂੰ ਕੱਢ ਕੇ ਰਿਵਾਲਵਰ ਬੋਲ ਕੇ ਚੁੱਕਿਆ ਮਾਰ ਕੇ ਗੋਲੀਆਂ ਨਾਲ ਲੋਕ ਕਰ ਦਾ ਕਿਵੇਂ ਨਜ਼ਰ ਆਉਂਦਾ ਪਲਾ ਬਾਈ
ਜਿਉਂਦਾ ਤਾਂ ਫਿਰ ਮੌਤ ਪਿਆਰ ਨਾ ਭੁੱਲ ਜਾਈ ਭਾਈ ਫੂਲਾ ਸਿੰਘ ਜੇ ਖਿੜੇ ਸੀ ਫੁੱਲ ਜਿੱਥੇ ਦਿਲੋਂ ਉਹ ਬਹਾਰ ਨਾ ਭੁੱਲ ਜਾਈ ਜਿਹਦੇ ਜਾਂਦੀਆਂ ਪਈ ਸੀ ਸ਼ਾਮ ਤੇਰੀ ਸ਼ਾਮ ਸਿੰਘ ਸਰਦਾਰ ਨਾ ਭੁੱਲ ਜਾਈ ਬਈ ਖੂਨ ਗਰਮ ਰਹੇ ਬਾਜਦੇ ਵਾਂਗ ਤੇਰਾ ਉਹਦੇ ਅੱਛਾਂ ਵਿੱਚ ਰਹਿਣ ਖਿਆਲ ਤੇਰੇ ਜੇ ਤੂੰ ਘਟੇ ਤਾਂ ਦੂਜ ਦਾ ਚੰਨ ਹੋਵੇ ਜੇ ਤੂੰ ਵਧੇ ਤਾਂ ਵਧਣ ਇਕਬਾਲ ਤੇਰੇ ਉਹ ਖਬਰ ਉਡੀਕ ਰਹੀ ਪਾਪਣ ਉੱਥੇ ਬੈਠੀ ਜਿਸ ਵੇਲੇ ਕੌਮ ਦਾ ਮਰਦੇ ਮੁਚਾ ਕੌਮ ਦਾ ਜਰਨੈਲ ਜਿਸ ਵੇਲੇ ਜੂਝਦਾ ਹੋਇਆ ਕਈ ਪਾਪੀਆਂ ਨੂੰ ਮੌਤ ਦੀ ਗੱਡੀ ਚੜਾ ਕੇ ਜਿਸ ਵੇਲੇ ਆਪਣੇ ਸੀਨੇ ਵਿੱਚ ਗੋਲੀਆਂ ਖਾ ਕੇ ਜੰਮੇ ਸ਼ਹਾਦਤ ਪੀਤਾ ਉਹ ਸਰਕਾਰ ਦੀ ਸ਼ਹਿਦ ਹੈ ਦੇਖੋ ਇਹ ਸਰਕਾਰ ਦਾ ਉਸ ਵੇਲੇ ਫਿਤਨਾ ਸੀ ਇਹ ਸਰਕਾਰ ਦੀ ਉਸ ਵੇਲੇ ਕੀਤਾ ਗਿਆ ਪੰਥ ਨਾਲ ਗੱਦਾਰੀ ਅਸੀਂ ਕਿਤਨਾ ਚਿਰ ਉਸ ਮਹਾਨ ਜਰਨੈਲ ਦੀ ਸ਼ਹਾਦਤ ਦੀ ਰੋਲ ਛੱਡੀ ਆਖੀ ਗਏ ਅਜੇ ਚੜ੍ਹਦੀ ਕਲਾ ਵਿੱਚ ਨੇ ਜਿਸ ਕੌਮ ਦੇ ਮਰਦੇ ਮੁਜਾਹਦ ਨੇ ਸਾਹਮਣੇ ਜੂਝ ਕੇ ਸ਼ਹੀਦੀ ਪਾਈ ਕਿੰਨਾ ਚਿਰ ਉਸ ਦੀ ਸ਼ਹਾਦਤ ਨੂੰ ਹੀ ਰੋਲ ਰੱਖਿਆ ਆਖਿਆ ਸ਼ਹੀਦੀ ਨਹੀਂ ਹੋਏ ਕਿੰਨਾ ਚਿਰ ਅਰਦਾਸਾਂ ਹੁੰਦੀਆਂ ਰਹੀਆਂ ਚੜ੍ਹਦੀ ਕਲਾ ਚ ਨੇ ਭਾਵ ਉਸ ਵੇਲੇ ਕੌਮ ਦੇ ਵਿੱਚ ਕਿਤੇ ਚੜ੍ਹਦੀ ਕਲਾ ਨਾ ਆ ਜਾਵੇ ਕਿ ਕੌਮ ਦਾ ਜਰਨੈਲ ਸ਼ਹੀਦ ਹੋ ਰਿਹਾ ਉਸ ਵੇਲੇ ਸਰਕਾਰ ਦੀ ਚਾਲ ਪਰ ਵਿਕਾਊ ਵੀ ਤਾਂ ਬਹੁਤ ਹੁੰਦੇ ਨੇ ਗੁਰੂ ਕੇ ਪਿਆਰਿਓ ਇੱਥੇ 5% ਬੈਠੇ ਨੇ ਸਿਰਫ ਸਰਕਾਰ ਦੇ ਖਿਲਾਫ ਮੋਰਚਾ ਲਾਉਣ ਵਾਲੇ ਤੇ ਜਿਤਨੇ ਆਗੂ ਨੇ 80% ਤਾਂ ਗੁਰੂ ਕੇ ਪਿਆਰਿਓ ਵਿਕਦੇ ਹੀ ਨੇ ਵਿਕਦੇ 80% ਇਸ ਕਰਕੇ ਸੁਚੇਤ ਹੋਣ ਦੀ ਲੋੜ ਹੈ ਸੁਚੇਤ ਹੋਣ ਦੀ ਗੁਰੂ ਕੇ ਪਿਆਰਿਓ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸ਼ਹੀਦ ਹੋ ਗਏ ਉਹ ਕੌਮ ਦਾ ਮਰਦੇ ਮੁਜਾਹਦ ਆਪਣੇ ਨਾਮ ਨੂੰ ਸਾਰਥਕ ਕਰਦਾ ਹੋਇਆ ਹਰਿਮੰਦਰ ਸਾਹਿਬ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ 6 ਜੂਨ ਇਹ ਜੂਨ ਦਾ ਮਹੀਨਾ ਜਿਸ ਵੇਲੇ ਆਉਂਦਾ ਸਾਨੂੰ ਯਾਦ ਆਉਂਦਾ ਇਸ ਵੇਲੇ ਵੱਡਾ ਘੱਲੂਘਾਰਾ ਵਾਪਰਿਆ ਛੋਟਾ ਵਰਤਿਆ ਤੀਸਰਾ ਘੱਲੂਘਾਰਾ ਵਰਤਿਆ ਇਸ ਮਹੀਨੇ ਕੌਮ ਦੇ ਜਰਨੈਲ ਜਾਮੇ ਸ਼ਹਾਦਤ ਪੀ ਗਏ ਬਾਬਾ ਥਾਰਾ ਸਿੰਘ ਭਾਈ ਅਮਰੀਕ ਸਿੰਘ ਸਰਦਾਰ ਜਰਨੈਲ ਸਿੰਘ ਅਨੇਕਾਂ ਸ਼ਹੀਦ ਕੌਮ ਦੇ ਗੁਰੂ ਕੇ ਪਿਆਰੇ ਕੌਮ ਦੇ ਲੇਖੇ ਲੱਗ ਗਏ ਲੇਕਿਨ ਕੌਮ ਨੂੰ ਪੱਕੇ ਪੈਰੀ ਖੜੇ ਕਰ ਗਏ ਸਰਕਾਰ ਨੇ ਵੀ ਸੋਚਿਆ ਸਾਡੀ ਜਿੱਤ ਹੈ ਜਿੱਤ ਤਾਂ ਉਸ ਵੇਲੇ ਚੰਦੂ ਪਾਪੀ ਨੇ ਵੀ ਸੋਚੀ ਸੀ ਕਹਿੰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਕੇ ਮੈਂ ਬਦਲਾ ਲੈ ਲਿਆ ਇਹਨੂੰ ਪਾਪੀ ਨੂੰ ਪਤਾ ਹੀ ਨਹੀਂ ਸਿੱਖੀ ਨੂੰ ਸਾੜਨ ਵਾਲੇ ਉਹ ਤੇਰੇ ਵਰਗੇ ਕਈ ਆਏ ਕਈ ਚਲੇ ਗਏ ਇੱਕ ਗੱਲ ਮਾਫ ਕਰਨਾ ਦਾਸ ਆਪਣੇ ਵਿਸ਼ੇ ਤੋਂ ਬਾਹਰ ਨਹੀਂ ਜਾ ਰਿਹਾ ਮੇਰੀ ਕੌਮ ਦੇ ਮਹਾਨ ਆਗੂ ਪਿੱਛੇ ਬੈਠੇ ਨੇ ਸਰ ਬਾਬਾ ਅਜੀਤ ਸਿੰਘ ਜੀ 500 ਲੱਖ ਦਮੜਾ ਉਹਨਾਂ ਵੱਲੋਂ ਆਪਣੀਆਂ ਬੱਚਿਆਂ ਨੂੰ ਆਸ਼ੀਰਵਾਦ ਦੇ ਤੌਰ ਤੇ ਭੇਜਿਆ ਗਿਆ ਮੇਰੇ ਵੱਡੇ ਵੀਰ ਬਲਦੇਵ ਸਿੰਘ ਜੀ ਸਿਰਸਾ ਸਾਹਿਬ ਮੇਰੇ ਵੀਰ ਗੁਰਪ੍ਰੀਤ ਸਿੰਘ ਜੀ ਪ੍ਰਿੰਸ ਜੋ ਸਿੱਖ ਚੈਨਲ ਵੱਲੋਂ ਰਿਕਾਰਡਿੰਗ ਕਰਦੇ ਨੇ ਧਮਕੀਆਂ ਵੀਰ ਜੀ ਆਪ ਜੀ ਨੂੰ ਵੀ ਬਹੁਤ ਆਉਂਦੀਆਂ ਹੋਣੀਆਂ ਕਿਉਂਕਿ ਜਿਹੜਾ ਵਿਕਦਾ ਨਹੀਂ ਨਾ ਉਹਨੂੰ ਧਮਕੀਆਂ ਜ਼ਰੂਰ ਆਉਂਦੀਆਂ ਨੇ ਸਤਿਕਾਰਯੋਗ ਮੇਰੇ ਅਨੇਕਾਂ ਵੀਰ ਬੈਠੇ ਨੇ ਸਰਦਾਰ ਮੋਹਕਮ ਸਿੰਘ ਜੀ ਗੁਰੂ ਦੀ ਲਾਡਲੀ ਫੌਜ ਤਰਨਾ ਦਲ ਸਾਰਾ ਬੈਠਾ ਹੈ ਗੁਰੂ ਕੇ ਪਿਆਰੇ ਜਿਹੜਾ ਸਰਕਾਰ ਅੱਗੇ ਵਿਕਦਾ ਨਹੀਂ ਧਮਕੀਆਂ ਤਾਂ ਜ਼ਰੂਰ ਆਉਂਦੀਆਂ ਨੇ ਦਾਸ ਨੂੰ ਯਾਦ ਆ ਗਿਆ ਜਦੋਂ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ 400 ਸਾਲਾ ਸ਼ਹੀਦੀ ਪੁਰਬ ਮਨਾਏ ਇੱਥੇ ਕੁਝ ਬੁੱਕਲ ਦੇ ਸੱਪ ਵੀ ਪਹੁੰਚੇ ਸੀ ਸ਼ਤਾਬਦੀਆਂ ਮਨਾਈਆਂ ਬੜੇ ਸ਼ਾਨੋ ਸ਼ੌਕਤ ਦੇ ਨਾਲ ਔਰ ਦਾਸ ਨੂੰ ਬੜੇ ਸ਼ਰਮ ਦੇ ਨਾਲ ਕਹਿਣਾ ਪੈਂਦਾ ਹੈ ਉੱਥੇ ਇੱਕ 2 ਟਕੇ ਦੀ ਔਰਤ ਉਸਨੇ ਖੜੇ ਹੋ ਕੇ ਕਿਹਾ ਵੀ ਚੰਦੂ ਨੂੰ ਤਾਂ ਵਿਚਾਰੇ ਨੂੰ ਐਵੇਂ ਬਦਨਾਮ ਕਰ ਦਿੱਤਾ ਚੰਦੂ ਦਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਵਿੱਚ ਕੋਈ ਰੋਲ ਨਹੀਂ ਸੀ ਰਾਜ ਜਹਾਂਗੀਰ ਦਾ ਸੀ ਅਸੀਂ ਵੀ ਮੰਨਦੇ ਹਾਂ ਰਾਜ ਜਹਾਂਗੀਰ ਦਾ ਸੀ ਲੇਕਿਨ ਮੇਰੀ ਕੌਮ ਦੇ ਆਗੂਆਂ ਨੇ ਮੂੰਹ ਚ ਘੁੰਗਣੀਆਂ ਪਾ ਲਈਆਂ ਕਿਸੇ ਨੇ ਉਸ ਔਰਤ ਨੂੰ ਉੱਠ ਕੇ ਕਿਹਾ ਨਹੀਂ ਬੀਬੀ ਗੱਲ ਸੁਣ ਉਸ ਵੇਲੇ ਜ਼ਿੰਮੇਵਾਰੀ ਇਹਦੀ ਲਾਈ ਸੀ ਖਾਨ ਮੁਰਤਜ਼ਾ ਖਾਨ ਨੇ ਚੰਦੂ ਪਾਪੀ ਵੀ ਚਾਹੁੰਦਾ ਤਾਂ ਉਸ ਵੇਲੇ ਘੱਟ ਕਰ ਸਕਦਾ ਸਜ਼ਾ ਮਾਫ਼ ਲੇਕਿਨ ਇਸ ਪਾਪੀ ਨੇ ਤਾਂ ਬਦਲਾ ਲੈਣਾ ਸੀ ਪਹਿਲਾਂ ਗੁਰੂ ਨਾਨਕ ਦੇ ਦਰ ਨੂੰ ਨਿੰਦਿਆ ਤੇ ਜੇ ਧੀ ਦਾ ਰਿਸ਼ਤਾ ਮੋੜ ਦਿੱਤਾ ਫੇਰ ਬਦਲਾ ਲਿਆ ਤੱਤੀਆਂ ਤਵੀਆਂ ਤੇ ਰਾੜ ਕੇ ਦੇਗਾਂ ਵਿੱਚ ਕਾੜ ਕੇ ਸਿਰ ਵਿੱਚ ਤੱਤੀ ਰੇਤ ਪਾ ਕੇ ਤੇ ਉੱਠ ਕੇ ਬੁਕਲ ਤੇ ਸੱਪ ਕਹਿੰਦੇ ਹੈ ਉਹ ਔਰਤ ਬੜੀ ਤੇਜ਼ ਤਰਾਰ ਹੈ ਤੁਸੀਂ ਨਾਂ ਜਾਣਦੇ ਹੋਗੇ ਛੱਡੋ ਨਾਂ ਕੀ ਲੈਣਾ ਏਦਾਂ ਦੇ ਬੰਦੇ ਦਾ ਕਹਿੰਦੇ ਗਲਤ ਨਾਂ ਲਈਦਾ ਹੀ ਨਹੀਂ ਹੁੰਦਾ ਗੁਰੂ ਕੇ ਪਿਆਰੇ ਉਸਨੇ ਕਿਹਾ ਕਿ ਚੰਦੂ ਦਾ ਕੋਈ ਕਸੂਰ ਨਹੀਂ ਸੀ ਜਦੋਂ ਕੌਮ ਦੇ ਲੀਡਰ ਕੌਮ ਨੂੰ ਤੱਕੜੀ ਵਿੱਚ ਪਾ ਕੇ ਤੋਲਣ ਲੱਗ ਪੈਣਾ ਫੇਰ ਦੱਸੋ ਕੌਮ ਦਾ ਹਸ਼ਰ ਕੀ ਹੋਏਗਾ ਕੀ ਹਸ਼ਰ ਹੋਏਗਾ ਲੇਕਿਨ ਕੌਮ ਤਾਂ ਤੁਹਾਡੇ ਵਰਗੇ ਥੋੜੇ ਸ਼ਹੀਦਾਂ ਦੇ ਵਾਰਸ ਬੈਠੇ ਨੇ ਵੀਰ ਰੁਪਿੰਦਰ ਸਿੰਘ ਦਿਓਲ ਉਹਨਾਂ ਦੇ ਪਰਿਵਾਰ ਵੱਲੋਂ ਯਾਰ ਦਮੜਾ ਆਸ਼ੀਰਵਾਦ ਵਜੋਂ ਆਇਆ ਬਹੁਤ ਕੌਮ ਦੇ ਵਾਰਸ ਇਹਨਾਂ ਕੌਮ ਦੇ ਸ਼ਹੀਦਾਂ ਦੇ ਵਾਰਸ ਉਹਨਾਂ ਦੇ ਵੰਸ਼ਜ ਉਹਨਾਂ ਦੇ ਪਰਿਵਾਰ ਵਾਲੇ ਬੈਠੇ ਨੇ ਇਹ ਥੋੜੇ ਨੇ ਧਰਮ ਦੇ ਮਾਰਗ ਤੇ ਚੱਲਣ ਵਾਲੇ ਬਾਕੀ ਤਾਂ ਗੁਰੂ ਕੇ ਪਿਆਰੇ ਉਹ ਆਪਣੇ ਰਾਜ ਨੂੰ ਚਲਾਉਣ ਵਾਲੇ ਨੇ ਪਤਾ ਨਹੀਂ ਸਰਕਾਰਾਂ ਦੀ ਅੱਤ ਕਿਉਂ ਹੁੰਦੀ ਹੈ ਬੜੀ
ਕਿਉਂ ਸਰਕਾਰ ਦਾ ਹੱਥ ਹੁੰਦਾ ਇੱਥੇ ਬਿਜਲੀਆਂ ਗਰਾਉਣੀਆਂ ਲੇਕਿਨ ਸਾਡਾ ਇੱਕ ਹੋਰ ਉਦੇਸ਼ ਹੈ ਅਸੀਂ ਕਹਿੰਦੇ ਹਾਂ ਨਸੇ ਮਨ ਪੇ ਨਸੇ ਮਨ ਇਸ ਕਦਰ ਤਾਮੀਰ ਕਰਦਾ ਜਾ ਕਿ ਬਿਜਲੀ ਗਿਰਤੇ ਗਿਰਤੇ ਖੁਦ ਬੇਜ਼ਾਰ ਹੋ ਜਾਏ ਕਿਤਨੀ ਵਾਰੀ ਬਿਜਲੀ ਡਿੱਗੇਗੀ ਕਿਤਨੀ ਵਾਰੀ ਘਰ ਬਰਬਾਦ ਕਰੇਗੀ ਕਰਤੇ ਘਰ ਕਰਤੇ ਘਰ ਕਰਤੇ ਘਰ ਇਸ ਤਰ੍ਹਾਂ ਬਣਾਉਂਦਾ ਚਲੇ ਜਾ ਬਿਜਲੀ ਡਿੱਗਦੇ ਆਪਣੇ ਆਪ ਉਸ ਦਾ ਜ਼ੋਰ ਘੱਟ ਜਾਵੇਗਾ ਆਪਣੇ ਆਪ ਉਸ ਦਾ ਜ਼ੋਰ ਘੱਟ ਜਾਵੇਗਾ ਲੇਕਿਨ ਇਸ ਕੌਮ ਵਿੱਚ ਕੁਛ ਤਾਂ ਹੈ ਨਾ ਕੁਛ ਤਾਂ ਬਾਤ ਹੈ ਕਿ ਹਸਤੀ ਮਿੱਟੀ ਨਹੀਂ ਹਮਾਰੀ ਉਹ ਸਦੀਓ ਰਹਾ ਹੈ ਦੁਸ਼ਮਨ ਦੌਰੇ ਜ਼ਮਾਂ ਹਮਾਰਾ ਕੋਈ ਤੇ ਗੱਲ ਹੈ ਕੋਈ ਤੇ ਗੱਲ ਹੈ ਕਿ ਸਾਰੀਆਂ ਸਰਕਾਰਾਂ ਦਾ ਜ਼ੋਰ ਲੱਗ ਜਾਂਦਾ ਇਹ ਸਿੱਖ ਕੌਮ ਦੇ ਅੰਦਰ ਕਿਤਨੀਆਂ ਗੁਰੂ ਕੇ ਪਿਆਰਿਓ ਕਿਤਨੇ ਅਲੱਗ ਹੋ ਗਏ ਸਿੱਖੀ ਰੂਪ ਵਿੱਚ ਸਿੱਖ ਪੰਥ ਨੂੰ ਢਾ ਲਾਉਣ ਵਾਲੇ ਇੱਕ ਆ ਡੇਰਾ ਅੰਮ੍ਰਿਤਸਰ ਜਾਂਦਿਆਂ ਰਾਹ ਵਿੱਚ ਆਉਂਦਾ ਰਾਧਾ ਸਵਾਮੀਆਂ ਦਾ ਇੱਕ ਨਰਕ ਧਾਰੀਏ ਹੋ ਗਏ ਇੱਕ ਉਹ ਸੌਦਾ ਸਾਧ ਹੋ ਗਏ ਕਿਤਨੀਆਂ ਧਿਰਾਂ ਬਣ ਗਈਆਂ ਇਤਨੇ ਪਾਸਿਓ ਹਮਲੇ ਹੋ ਰਹੇ ਆਪਣੇ ਅੰਦਰੋਂ ਔਰ ਲੀਡਰ ਬਚਾਓ ਲੇਕਿਨ ਫੇਰ ਵੀ ਕੌਮ ਚੜ੍ਹਦੀ ਕਲਾ ਵਿੱਚ ਜਾ ਰਹੀ ਕਿਉਂ ਕਿਉਂਕਿ ਇਸ ਨੇ ਆਪਣੇ ਇਤਿਹਾਸ ਤੋਂ ਸਬਕ ਲਿਆ ਕਿ ਜਿਹੜਾ ਹੱਡੀ ਦਰਦ ਹੰਡਾਇਆ ਨਾ ਫਿਰ ਇਨਸਾਫ਼ ਆਪਣੀ ਤਲਵਾਰ ਨਾ ਕਰਾਂਗੇ ਨਾ ਸਾਡੀ ਹੋਰ ਲੀਡਰਾਂ ਤੇ ਨਾ ਸਾਡੀ ਹੋਰ ਝੂਠੀਆਂ ਸਰਕਾਰਾਂ ਤੇ ਸਾਡੀ ਹੋਰ ਬਾਬਾ ਵਿਵੇਕ ਸਿੰਘ ਜੀ ਦਾਸ ਇਹਨਾਂ ਨੂੰ ਕਿਤਾਬ ਭੁੱਲ ਸਕਦਾ ਮੇਰੇ ਨਾਲ ਸ਼੍ਰੋਮਣੀ ਕਮੇਟੀ ਦੀ ਚੋਣ ਲੜੀ ਸੀ ਬਾਬਾ ਜੀ ਆਪ ਨੂੰ ਯਾਦ ਆਉਂਦਾ ਸ਼੍ਰੋਮਣੀ ਕਮੇਟੀ ਦੀ ਚੋਣ ਆਪਾਂ ਜਲੰਧਰ ਦੱਖਣੀ ਤੋਂ ਲੜੀ ਸੀ ਔਰ ਜਿੱਦਣ ਚੋਣ ਹੋਣੀ ਸੀ ਪੋਲਿੰਗ ਤੋਂ ਇੱਕ ਦਿਨ ਪਹਿਲਾਂ ਜਲੰਧਰ ਵਿੱਚੋਂ ਸਾਰੇ ਮੁਰਗੇ ਔਰ ਸ਼ਰਾਬ ਗਾਇਬ ਹੋ ਗਈ ਸੀ ਇਤਨੀ ਸ਼ਰਾਬ ਵਰਤਾਈ ਸਾਡੇ ਸਾਹਮਣੇ ਸੀ ਐਡਵੋਕੇਟ ਪ੍ਰਤਾਪ ਸਿੰਘ ਸਾਡੇ ਨਾਲ ਜੋ ਖੜੇ ਸੀ ਆਪੋਜ਼ਿਟ ਸਾਡੀ ਆ ਪੰਥਕ ਸਰਕਾਰ ਵੱਲੋਂ ਗੁਰੂ ਕੇ ਪਿਆਰੇ ਜਲੰਧਰ ਵਿੱਚੋਂ ਮੁਰਗੇ ਬਰੋਲਰ ਸ਼ਰਾਬ ਮੁੱਕ ਗਈ ਸੀ ਇੰਨੀ ਵਰਤਾਈ ਹੁਣ ਅਸੀਂ ਤਾਂ ਕਿਰਤੀ ਅਸੀਂ ਇੰਨੀ ਸ਼ਰਾਬ ਕਿੱਥੋਂ ਵਰਤਾ ਸਕਦੇ ਸੀ ਅਸੀਂ ਹਾਰ ਗਏ ਸੀ ਕਿਉਂਕਿ ਮੋਹਰੇ ਬੜੀ ਤਕੜੀ ਧਿਰ ਸੀ ਸਰਮਾਏਦਾਰ ਸੀ ਔਰ ਅਪੋਜ਼ਿਟ ਸੀ ਕਿਰਤੀ ਬਾਬਾ ਵਿਵੇਕ ਸਿੰਘ ਜੀ ਉਹਨਾਂ ਵੱਲੋਂ ਬੇਅੰਤ ਮਾਇਆ ਹੀ ਹੈ ਗੁਰੂ ਕੇ ਪਿਆਰੇ ਕਿਉਂਕਿ ਖਾਲਸੇ ਦਾ ਇਤਿਹਾਸ ਕਹਿੰਦਾ ਹੈ ਕਿ ਜੇ ਸਿਪਾਲੇ ਪਾਪੀ ਜ਼ੁਲਮ ਕਰਦਾ ਖਾਲਸਾ ਉਸ ਜ਼ੁਲਮ ਨੂੰ ਸਹਿਣਾ ਕਿਤੇ ਸਮਝ ਨਾ ਲਵੇ ਬੁਜ਼ਦਲੀ ਹੈ ਉਸ ਤੋਂ ਬਾਅਦ ਖਾਲਸਾ ਫੇ ਆਪਣੀ ਤੇਗ ਦੇ ਚੌਹਰ ਦਿਖਾਉਂਦਾ ਕਿਉਂਕਿ ਖਾਲਸਾ ਆਪਣੇ ਇਤਿਹਾਸ ਤੋਂ ਸਹਿਤ ਲੈਂਦਾ ਕਿ ਹੱਡੀ ਦਰਦ ਹੰਡਾਇਆ ਹੁਣ ਇਨਸਾਫ ਕੁਛ ਨਾ ਕੁਛ ਅਸੀਂ ਵੀ ਚੱਲੀਏ ਗਾਂ ਸਿੱਖੀ ਦਾ ਪ੍ਰਚਾਰ ਕਰੀਏ
ਘਰ ਘਰ ਜਾ ਕੇ ਨੇਤਨੇਮ ਕਰੀਏ, ਅੰਮ੍ਰਿਤ ਸੰਚਾਰ ਕਰੀਏ, ਇਹ ਮਹਾਂਪੁਰਖਾਂ ਨੂੰ ਸੱਦੀਏ, ਇਹਨਾਂ ਦਾ ਅਸੀਂ ਵੀ ਸਤਿਕਾਰ ਕਰੀਏ। ਸੋ ਸਾਨੂੰ ਵੀ ਉਹਨਾਂ ਦੇ ਪੂਰਨਿਆਂ ਦੇ ਚੱਲਣਾ ਚਾਹੀਦਾ ਹੈ। ਜੇ ਇੱਕ ਘਰ ਤੋਂ ਸਾਡੇ ਇੱਕ ਮੈਂਬਰ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਸਾਡਾ ਐਡਾ ਰੋਸ਼ਨ ਨਾਮ ਹੈ ਵੱਡ ਲੈਵਲ ਤੇ, ਸਾਨੂੰ ਆਪਣੇ ਆਪ ਹੀ ਝਾਤੀਆਂ ਮਾਰਨੇ ਚਾਹੀਦੇ ਕਿ ਇਹੋ ਜਿਹੇ ਪਰਿਵਾਰ ਸਾਰੇ ਪਤਿਤ ਨੇ ਜਾਂ ਕੇਸਧਾਰੀਆਂ ਨੂੰ ਕਟਾਈਆਂ ਨੇ, ਅੰਮ੍ਰਿਤ ਨਹੀਂ ਛਕੇ। ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿ ਇਸ ਪ੍ਰਪਾਤੀ ਨੂੰ, ਸ਼ਹੀਦਾਂ ਦੀ ਪੱਗ ਨੂੰ ਦਾਗ ਨਾ ਲੱਗਣ ਦੇਈਏ, ਇਸੇ ਤਰ੍ਹਾਂ ਪ੍ਰਚਾਰ ਕਰੀਏ ਆਪਾਂ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ, ਇਹ ਖਿਮਾ ਦਾ ਜਾਚਕ ਹੈ, ਜੇ ਕੋਈ ਗਲਤੀ ਹੋ ਗਈ ਹੋਵੇ ਤੇ ਖਿਮਾ ਕਰਨਾ। ਮਹਾਂਪੁਰਖਾਂ ਨੇ, ਬਾਬਾ ਠਾਕੁਰ ਸਿੰਘ ਹੋਣਾ ਨੇ ਅੰਮ੍ਰਿਤ ਪਾਨ ਕੀਤਾ ਸੰਤ ਜਰਨੈਲ ਸੋਹਣਾ ਤੋਂ, ਤੇ ਮੈਂ ਜਦੋਂ ਅੰਮ੍ਰਿਤ ਛਕਣ ਲੱਗਾ ਨਾ, ਇਹ ਵਡਿਆਈ ਨਹੀਂ, ਮੈਂ ਆਪ ਹੱਥ ਪਾ ਲਿਆ। ਬਾਬਾ ਬੁੱਢਾ ਸਾਹਿਬ ਨੂੰ ਸੰਚਾਰ ਹੋਇਆ, ਭਾਈ ਅਮਰੀਕ ਸਿੰਘ ਜੀ ਕਹਿਣ ਲੱਗੇ ਮਿੱਠਾ ਮੈਂ ਰੱਜ ਕੇ ਛਕਿਆ। ਮਹਾਰਾਜ ਮੈਂ ਤਾਂ ਰੱਜ ਕੇ ਛਕਣਾ, ਮੈਂ ਨਹੀਂ ਪਾਕਾ ਛੱਡਣਾ। ਤੇ ਬਾਬਾ ਠਾਕੁਰ ਸਿੰਘ ਜੀ ਕਹਿਣ ਲੱਗੇ ਆਪ ਜਪੇ ਅਮਰੇ ਨਾਮ ਚ ਪਾਵੇ, ਆਪ ਬਾਣੀ ਪੜ੍ਹਨੀ ਤੇ ਪੜ੍ਹਾਉਣੀ ਆ। ਤੇ ਰਾਤ ਦਾ ਇੱਕ ਕਰਕੇ ਸੁਖਨੀ ਸਾਹਿਬ ਪਾਠ ਕਰਕੇ ਅੰਮ੍ਰਿਤ ਸੰਚਾਰ ਕਰਾਈਦੇ ਹੈ, ਤੇ ਸਾਰੇ ਸ਼ਹੀਦਾਂ ਦੇ ਪਰਿਵਾਰ ਆਪਾਂ ਸਾਰੇ ਇਕੱਠੇ ਹੋਈਏ, ਜਿਹੜੇ ਕਈ ਸਾਡੀਆਂ ਸ਼ਹੀਦੀਆਂ ਦਾ ਮੁੱਲ ਵੀ ਵਰਤਦੇ ਆ ਨਾ, ਆਪਾਂ ਖੁਦ ਆਪ ਜਾਗਰਤਾ ਹੋਈਏ। ਕੋਈ ਕਹਿੰਦਾ ਮੈਂ ਸ਼ਹੀਦਾਂ ਦੇ ਪਰਿਵਾਰਾਂ ਦਾ ਠੇਕੇਦਾਰ ਹਾਂ, ਕੋਈ ਕਹਿੰਦਾ ਜੀ ਮੈਂ, ਆਪਾਂ ਖੁਦ ਜਾਗਰਤ ਹੋਈਏ, ਆਪਾਂ ਕੀ ਕਰਨਾ ਕੀ ਨਹੀਂ ਕਰਨਾ। ਇਹਦੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚਕਾਂ, ਮੈਂ ਇਸ ਟਾਈਮ ਦੇ ਜਿੰਨੇ ਵੀ ਪਰਿਵਾਰ ਪਹੁੰਚੇ ਨੇ ਜਾਂ ਮਹਾਂਪੁਰਖਾਂ ਦਾ, ਭਾਈ ਪ੍ਰਤਾਪ ਸਿੰਘ ਜੀ ਹੋਣਾ ਦਾ, ਭਾਈ ਕਾਵਲ ਸਿੰਘ ਜੀ ਹੋਣਾ ਦਾ, ਇਹ ਅਤੀ ਸਤਿਕਾਰ ਯੋਗ ਨੇ, ਮੈਂ ਬਹੁਤ ਬੜਾ ਇਹ ਉਹਨਾਂ ਦਾ ਸਤਿਕਾਰ ਕਰਦਾ ਹੈ ਜਿਨ੍ਹਾਂ ਨੇ ਇਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਹ ਮਾਣ ਸਨਮਾਨ, ਇਹ ਹੌਸਲਾ ਅਫਜਾਈ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਣਤੀ ਵਿੱਚ ਕਾਫੀ ਸਿੰਘ ਮਹਾਂਪੁਰਖਾਂ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਵਿੱਚੋਂ ਪਰਿਵਾਰ ਹੈ। ਸੋ ਮੈਂ ਬੇਨਤੀ ਕਰਦਾ ਕੀਤਾ, ਡਾਇਰੈਕਟਰੀਆਂ ਸਿਪਾਹੀਆਂ ਐਡਰੈਸ ਲਿਖੇ, ਸਨਮਾਨ ਚਿੰਨ੍ਹ ਦਿੱਤੇ, ਜਾਂ ਉਸ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਇਹ ਕਰ ਰਹੇ ਨੇ। ਮੈਂ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਜਕਾਰਾ ਲਾਉਣ ਲੱਗਾ ਹੈ। ਸਾਰੀਆਂ ਸੰਗਤਾਂ ਨੇ ਗੱਜ ਕੇ ਜਕਾਰਾ ਬੁਲਾਉਣਾ, ਬੋਲੇ ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਨ੍ਹਾਂ ਨੇ ਸਾਨੂੰ ਗਲਾ ਨਾ ਲਾਇਆ ਨਾ, ਸਾਡੀ ਬਾਤ ਪੁੱਛੀ ਹੈ, ਇੰਨਾ ਹੀ ਬੁਲਾ ਕੇ ਇੰਨਾ ਮਾਣ ਅਦਬ ਸਤਿਕਾਰ ਕੀਤਾ ਹੈ, ਇਹਨਾਂ ਦੇ ਪ੍ਰੋਗਰਾਮਾਂ 'ਚ ਸਦਾ ਹੀ ਚੜ੍ਹਦੀ ਕਲਾ ਕਰਿਓ, ਕਿਰਪਾ ਕਰਿਓ। ਫਿਰ ਇਤਨਾ ਅਦਬ, ਇੰਨਾ ਸਤਿਕਾਰ, ਸ਼ਹੀਦਾਂ ਦੇ ਪਰਿਵਾਰਾਂ ਨੂੰ ਪਾਸੇ ਬਿਠਾ ਕੇ ਹੱਥ ਧਵਾ ਕੇ ਜਲ ਪਾਣੀ ਛਕਾ ਰਹੇ ਨੇ, ਕਹਿੰਦੇ ਨੇ ਸਟੇਜ 'ਤੇ ਸਜੋ, ਤੇ ਫਿਰ ਵੀ ਕਹਿ ਰਹੇ ਨੇ ਸਾਡੇ ਤੋਂ ਗਲਤੀਆਂ ਹੋ ਜਾਣ ਤੇ ਮਾਫ਼ ਕਰਨਾ। ਸ਼੍ਰੋਮਣੀ ਕਮੇਟੀ ਦੇ ਅੰਦਾਰਿਆਂ ਵਿੱਚ ਗੁੱਸਾ ਨਹੀਂ ਕਰਨਾ ਕਿਸੇ ਨੇ, ਜੇ ਕਿਤੇ ਭੁੱਲ ਭੁਲੇਖੇ ਕਹਿ ਦਈਏ ਨਾ ਕਿ ਸਾਨੂੰ ਕਮਰਾ ਚਾਹੀਦਾ, ਸਾਡੇ ਪਿਤਾ ਜੀ ਜਾਂ ਸਾਡੇ ਭਰਾ ਸ਼ਹੀਦ ਹੋਏ ਆ, ਨਹੀਂ, ਕੋਈ ਕਦਰ ਨਹੀਂ, ਕੋਈ ਸਤਿਕਾਰ ਨਹੀਂ, ਕੋਈ ਮਾਣ ਨਹੀਂ, ਪਰ ਆਪਦਾ ਫੈਸਲਾ ਹੈ ਕਿ ਇਸ ਵਾਸਤੇ ਕਿਸ ਤਰ੍ਹਾਂ ਭਾਈ ਪ੍ਰਤਾਪ ਸਿੰਘ ਜੀ ਹੋਣਾ ਨੇ, ਭਾਈ ਕਾਬਲ ਸਿੰਘ ਜੀ ਹੋਣਾ ਨੇ ਮਹਾਂਪੁਰਖਾਂ ਦੇ ਆਦੇਸ਼ ਅਨੁਸਾਰ ਕਿੱਦਾਂ ਘਰਾਂ ਦੇ ਵਿੱਚ, ਪਿੰਡਾਂ ਦੇ ਵਿੱਚ, ਡਾਇਰੈਕਟਰੀ ਵਿੱਚ ਜੋ ਨਾਮ ਛਪੇ ਸੀ ਸ਼ਹੀਦ ਪਰਿਵਾਰਾਂ ਦੇ ਸਿੰਘਾਂ ਦੇ, ਮੈਨੂੰ ਪਤਾ ਹੈ ਕਿੱਦਾਂ ਸਿੰਘਾਂ ਨੂੰ ਸੱਦ ਸੱਦ ਕੇ, ਬੁਲਾ ਬੁਲਾ ਕੇ, ਨਾ ਪੁੱਛ ਪੁੱਛ ਕੇ, ਹੱਥ ਜੋੜ ਜੋੜ ਕੇ, ਉਹ ਸ਼ਹੀਦਾਂ ਪਰਿਵਾਰਾਂ ਦਾ ਘਰ ਦੱਸੋ, ਆਹ ਭਾਈ ਪ੍ਰਤਾਪ ਸਿੰਘ ਜੀ ਬੈਠੇ ਨੇ। ਇੰਨਾ ਮਨ ਪ੍ਰਭਾਵਿਤ ਹੋਇਆ ਇਸ ਗੱਲ ਤੇ, ਉਹ ਅਜੇ ਤੱਕ ਸੈਂਟਰ ਗੌਰਮੈਂਟ ਨੇ, ਫੌਜੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਚਲੋ ਕਾਰਗਿਲ ਦੇ ਕਿੰਨਾ ਮਾਣ ਅਦਬ ਸਤਿਕਾਰ ਕੀਤਾ ਉਹਨਾਂ ਦਾ, ਸਰਕਾਰਾਂ ਨੇ ਉਹਨਾਂ ਦਾ ਕੀਤਾ ਜਿਨ੍ਹਾਂ ਨੇ ਸਾਡੀ ਪੱਤ ਰੱਖਣ ਵਾਸਤੇ ਜੂਨ 1984 ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਮਹਾਂਪੁਰਖਾਂ ਦੇ ਨਾਲ। ਮੈਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਹ ਗੱਲ ਕਹਿਣਾ ਹੈ, ਜਾਂ ਦਲ ਖਾਲਸਾ ਵਾਲਿਆਂ ਨੇ ਭਾਈ ਤਰਜੀਤ ਸਿੰਘ ਜੀ ਬਿੱਟੂ ਅਤੇ ਸਰਬਜੀਤ ਸਿੰਘ ਜੀ ਧਮਾਨ, ਉਹਨਾਂ ਦੇ ਸ਼ਹੀਦਾਂ ਪਰਿਵਾਰਾਂ ਦਾ ਸਨਮਾਨ। ਬੀਬੀ ਪੁਸ਼ਪਿੰਦਰ ਕੌਰ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਾਂ ਨਾਲ ਇਤਿਹਾਸ ਦੀ ਸਾਂਝ ਪਾਉਣੀ ਹੈ, 40 ਮਿੰਟ ਵਾਸਤੇ ਉਹ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।